UGC ਨੈੱਟ ਮਾਸਟਰ ਕੈਡਰ ਪੰਜਾਬੀ CTET PTET HTET ਅਤੇ ਹੋਰ ਇਮਤਿਹਾਨਾਂ ਵਿੱਚ ਪੰਜਾਬੀ ਵਿਸ਼ੇ ਦੀ ਤਿਆਰੀ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ। ਨਮਸਕਾਰ ਦੋਸਤੋ, ਦੋਸਤੋ ਪਿਛਲੇ ਭਾਗ ਦੇ ਵਿੱਚ ਆਪਾਂ ਨੇ ਕਰਿਆ ਸੀ ਸ਼ਬਦਾਂ ਦੀਆਂ ਕਿਸਮਾਂ, ਤਿੰਨ ਕਿਸਮਾਂ ਕਰ ਚੁੱਕੇ ਸੀ ਦੋਸਤੋ। ਅੱਜ ਚੌਥੇ ਤੋਂ ਸ਼ੁਰੂ ਕਰਦੇ ਹਾਂ। ਚੌਥਾ ਦੋਸਤੋ ਉਤਪਤੀ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀਆਂ ਕਿਸਮਾਂ। ਪਹਿਲਾ ਹੈਗਾ ਜੀ ਤਤਸਮ ਸ਼ਬਦ। ਉਹ ਸ਼ਬਦ ਜੋ ਦੂਸਰੀਆਂ ਭਾਸ਼ਾਵਾਂ ਤੋਂ ਉਵੇਂ ਦੇ ਉਵੇਂ ਹੀ ਪੰਜਾਬੀ ਵਿੱਚ ਸ਼ਾਮਿਲ ਕਰ ਲਏ ਜਾਣ, ਜਿਵੇਂ ਹਿੰਦੀ ਤੋਂ ਲਏ ਨੇ ਆਪਾਂ ਨੇ ਪੁੱਤਰ, ਕਵੀ, ਪਤੀ, ਇਹ ਹਿੰਦੀ ਭਾਸ਼ਾ ਦੇ ਸ਼ਬਦ ਨੇ ਜੀ, ਪਰ ਪੰਜਾਬੀ ਦੇ ਵਿੱਚ ਉਵੇਂ ਦੇ ਉਵੇਂ ਹੀ ਸ਼ਾਮਿਲ ਕਰ ਲਏ। ਅੱਗੇ ਨੇ ਦੋਸਤੋ ਸੰਸਕ੍ਰਿਤ ਤੋਂ ਸ਼ਕਤੀ, ਯਾਤਰਾ, ਗਿਆਨ, ਸੰਸਕ੍ਰਿਤ ਦੇ ਸ਼ਬਦ ਨੇ ਜੋ ਉਵੇਂ ਦੇ ਉਵੇਂ ਪੰਜਾਬੀ ਦੇ ਵਿੱਚ ਸ਼ਾਮਿਲ ਕਰ ਲਏ ਗਏ ਨੇ। ਅੱਗੇ ਹੈ ਜੀ ਅੰਗਰੇਜ਼ੀ ਤੋਂ ਸਕੂਲ, ਸਾਈਕਲ, ਰੇਲ, ਗਲਾਸ, ਇਹ ਇੰਗਲਿਸ਼ ਦੇ ਸ਼ਬਦ ਨੇ ਜੋ ਪੰਜਾਬੀ ਦੇ ਵਿੱਚ ਉਵੇਂ ਦੇ ਉਵੇਂ ਨੇ। ਅੱਗੇ ਹੈ ਜੀ ਅਰਬੀ ਫਾਰਸੀ ਸ਼ਬਦਾਂ ਤੋਂ, ਜਿਵੇਂ ਬੰਦੂਕ, ਬਾਦਸ਼ਾਹ, ਚਸ਼ਮਾ, ਇਹ ਅਰਬੀ ਫਾਰਸੀ ਦੇ ਸ਼ਬਦ ਨੇ ਜੋ ਪੰਜਾਬੀ ਦੇ ਵਿੱਚ ਉਸੇ ਰੂਪ ਦੇ ਵਿੱਚ ਸ਼ਾਮਿਲ ਕਰ ਲਏ ਗਏ ਨੇ। ਅੱਗੇ ਦੇਖਦੇ ਹਾਂ ਦੋਸਤੋ ਉਤਪਤੀ ਦੀ ਦ੍ਰਿਸ਼ਟੀ ਤੋਂ ਹੋਰ ਸ਼ਬਦਾਂ ਦੀਆਂ ਕਿਸਮਾਂ। ਦੂਜਾ ਹੈਗਾ ਦੋਸਤੋ ਉਤਪਤੀ ਦੀ ਦ੍ਰਿਸ਼ਟੀ ਤੋਂ ਤਦਭਵ ਸ਼ਬਦ। ਪਹਿਲਾ ਸੀ ਤਤਸਮ, ਦੂਜਾ ਤਤਸਮ ਤਦਭਵ। ਉਹ ਸ਼ਬਦ ਜੋ ਦੂਸਰੀਆਂ ਭਾਸ਼ਾਵਾਂ ਤੋਂ ਲਏ ਤਾਂ ਗਏ ਹੋਣ ਪਰ ਪੰਜਾਬੀ ਵਿੱਚ ਉਹਨਾਂ ਦਾ ਰੂਪ ਬਦਲ ਗਿਆ ਹੋਵੇ। ਜੋ ਸ਼ਬਦ ਕਹਿੰਦਾ ਦੂਸਰੀਆਂ ਭਾਸ਼ਾਵਾਂ ਤੋਂ ਲਏ ਤਾਂ ਗਏ ਹੋਣ ਪਰ ਪੰਜਾਬੀ ਵਿੱਚ ਆ ਕੇ ਉਹਨਾਂ ਦਾ ਰੂਪ ਬਦਲ ਗਿਆ ਹੋਵੇ, ਜਿਵੇਂ ਸੰਸਕ੍ਰਿਤ ਤੋਂ ਪੰਜਾਬੀ ਵਿੱਚ। ਦੋਸਤੋ ਸੰਸਕ੍ਰਿਤ ਦਾ ਸ਼ਬਦ ਹੈ ਲਕਸ਼ਮੀ, ਪੰਜਾਬੀ ਵਿੱਚ ਆ ਕੇ ਇਹਦਾ ਨਾਮ ਹੋ ਗਿਆ ਲਕਸ਼ਮੀ। ਸੰਸਕ੍ਰਿਤ ਦਾ ਸ਼ਬਦ ਹੈ ਦੀਪ, ਪੰਜਾਬੀ ਦੇ ਵਿੱਚ ਆ ਕੇ ਦੀਵਾ ਬਣ ਗਿਆ। ਸੰਸਕ੍ਰਿਤ ਦਾ ਸ਼ਬਦ ਹੈ ਦੇਸ਼, ਪੰਜਾਬੀ ਦੇ ਵਿੱਚ ਆ ਕੇ ਦੇਸ਼ ਬਣ ਗਿਆ। ਇਸ ਤਰ੍ਹਾਂ ਦੋਸਤੋ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਸ਼ਬਦ ਨੇ ਲਾਰਡ, ਪੰਜਾਬੀ ਦੇ ਵਿੱਚ ਲਾਟ ਬਣ ਗਿਆ। ਅੰਗਰੇਜ਼ੀ ਦਾ ਸ਼ਬਦ ਹੈ ਅਲਮੀਰਾ, ਪੰਜਾਬੀ ਦੇ ਵਿੱਚ ਅਲਮਾਰੀ ਬਣ ਗਿਆ। ਅੰਗਰੇਜ਼ੀ ਦਾ ਸ਼ਬਦ ਹੈ ਆਂਟ, ਪੰਜਾਬੀ ਦੇ ਵਿੱਚ ਆਂਟੀ ਬਣ ਗਿਆ। ਅੱਗੇ ਦੋਸਤੋ ਹਿੰਦੀ ਤੋਂ ਪੰਜਾਬੀ ਵਿੱਚ, ਜਿਵੇਂ ਹਿਰਦੇ, ਹਿਰਦੇ ਜਾਂ ਹਿਰਦੇ ਹਿੰਦੀ ਦਾ ਸ਼ਬਦ ਹੈ, ਪੰਜਾਬੀ ਦੇ ਵਿੱਚ ਹਿਰਦਾ। ਸ਼ਿਕਸ਼ਾ, ਪੰਜਾਬੀ ਦੇ ਵਿੱਚ ਸਿੱਖਿਆ ਬਣ ਗਿਆ। ਮੁੱਲ ਹੈ ਅਤੇ ਪੰਜਾਬੀ ਦੇ ਵਿੱਚ ਆ ਕੇ ਉਹ ਮੁੱਲ ਬਣ ਗਿਆ। ਇਸ ਤਰ੍ਹਾਂ ਦੋਸਤੋ ਉਹ ਸ਼ਬਦ ਜੋ ਦੂਸਰੀਆਂ ਭਾਸ਼ਾਵਾਂ ਤੋਂ ਲਏ ਤਾਂ ਗਏ ਹੋਣ ਪਰ ਪੰਜਾਬੀ ਵਿੱਚ ਉਹਨਾਂ ਦਾ ਰੂਪ ਬਦਲ ਗਿਆ ਹੋਵੇ, ਉਹ ਹੁੰਦੇ ਨੇ ਤਦਭਵ। ਅੱਗੇ ਦੋਸਤੋ ਜੋ ਸ਼ਬਦ ਦੂਸਰੀਆਂ ਭਾਸ਼ਾਵਾਂ ਤੋਂ ਲਏ ਗਏ ਹੋਣ ਅਤੇ ਪੰਜਾਬੀ ਵਿੱਚ ਵੀ ਉਹਨਾਂ ਨੂੰ ਹੂ ਬਹੂ ਰੂਪ ਦੇ ਵਿੱਚ ਕਾਇਮ ਰੱਖਿਆ ਜਾਵੇ, ਉਹ ਹੁੰਦੇ ਨੇ ਤਤਸਮ ਸ਼ਬਦ। ਕਈ ਵਾਰੀ ਪੇਪਰ ਦੇ ਵਿੱਚ ਆ ਚੁੱਕਿਆ ਪ੍ਰਸ਼ਨ ਤਤਸਮ ਸ਼ਬਦ ਕਿਹੜੇ ਹੁੰਦੇ ਨੇ ਅਤੇ ਤਦਭਵ ਸ਼ਬਦ ਕਿਹੜੇ ਹੁੰਦੇ ਨੇ। ਅੱਗੇ ਦੋਸਤੋ ਹੁੰਦੇ ਨੇ ਤੀਜੀ ਕਿਸਮ ਉਤਪਤੀ ਦੀ ਦ੍ਰਿਸ਼ਟੀ ਤੋਂ ਦੇਸੀ ਸ਼ਬਦ ਹੁੰਦੇ ਨੇ। ਇਹ ਸ਼ਬਦ ਨੇ ਜੋ ਆਪਣੇ ਦੇਸ਼ ਦੇ ਲੋਕਾਂ ਦੇ ਲੋਕ ਜੀਵਨ ਵਿੱਚ ਬੋਲਚਾਲ ਦੇ ਉਹ ਸ਼ਬਦ ਨੇ ਜੋ ਮੂਲ ਆਪਣੀ ਸੰਸਕ੍ਰਿਤੀ ਦੇ ਹੋਣ, ਜਿਵੇਂ ਇੱਟ, ਖੁਰਪਾ, ਕੱਦੂ, ਮੰਜੀ, ਅਲਾਣੀ ਮੰਜੀ ਆਦਿ। ਇਹ ਸ਼ਬਦ ਆਮ ਤੌਰ 'ਤੇ ਖਾਣ ਪੀਣ, ਕਿੱਤਿਆਂ ਅਤੇ ਸੰਦਾਂ ਨਾਲ ਸੰਬੰਧਿਤ ਹੁੰਦੇ ਹਨ। ਅੱਗੇ ਚੱਲਦੇ ਹਾਂ ਦੋਸਤੋ ਰੂਪ ਦੇ ਆਧਾਰ 'ਤੇ ਸ਼ਬਦ। ਦੋਸਤੋ ਰੂਪ ਦੇ ਆਧਾਰ 'ਤੇ ਸ਼ਬਦ ਹੁੰਦੇ ਨੇ ਵਿਕਾਰੀ ਸ਼ਬਦ। ਪਹਿਲੀ ਕਿਸਮ ਹੈ ਵਿਕਾਰੀ ਸ਼ਬਦ। ਵਿਕਾਰੀ ਸ਼ਬਦ ਦੋਸਤੋ ਉਹ ਸ਼ਬਦ ਹੁੰਦੇ ਨੇ ਜਿਨ੍ਹਾਂ ਦੇ ਰੂਪ ਵਿੱਚ ਕੋਈ ਨਾ ਕੋਈ ਤਬਦੀਲੀ ਆ ਜਾਵੇ, ਭਾਵ ਉਹ ਸ਼ਬਦ ਜੋ ਵਿਆਕਰਨਕ ਸ਼ਬਦਾਵਲੀ ਵਿੱਚ ਆਪਣਾ ਰੂਪ ਬਦਲ ਲੈਣ, ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਤਬਦੀਲੀ ਆ ਜਾਵੇ ਅਤੇ ਵਿਆਕਰਨਿਕ ਸ਼ਬਦਾਵਲੀ ਵਿੱਚ ਆਪਣਾ ਰੂਪ ਬਦਲ ਲੈਣ, ਉਹ ਵਿਕਾਰੀ ਸ਼ਬਦ ਹੁੰਦੇ ਹਨ। ਜਿਵੇਂ ਆਪਣੇ ਕੋਲ ਇਹ ਸ਼ਬਦ ਹੈ ਕੁੜੀ, ਵਿਆਕਰਨਿਕ ਰੂਪ ਦੇ ਵਿੱਚ ਇਹਨੇ ਰੂਪ ਬਦਲ ਲਿਆ, ਕੁੜੀ ਤੋਂ ਬਣ ਗਿਆ ਕੁੜੀਆਂ, ਕੁੜੀਏ, ਕੁੜੀਓ ਆਦਿ। ਇਹ ਸ਼ਬਦ ਨੇ ਦੋਸਤੋ ਵਿਕਾਰੀ ਸ਼ਬਦ। ਅੱਗੇ ਜੀ ਅਵਿਕਾਰੀ ਸ਼ਬਦ। ਅਵਿਕਾਰੀ ਸ਼ਬਦ ਉਹ ਸ਼ਬਦ ਨੇ ਜਿਨ੍ਹਾਂ ਦੇ ਰੂਪ ਵਿੱਚ ਕਿਸੇ ਵੀ ਸਮੇਂ ਕਿਸੇ ਵੀ ਕਿਸਮ ਦੀ ਤਬਦੀਲੀ ਨਹੀਂ ਆਉਂਦੀ। ਇਹਨਾਂ ਦੇ ਵਿੱਚ ਕਿਸੇ ਵੀ ਸ਼ਬਦ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨਹੀਂ ਆਉਂਦੀ, ਭਾਵ ਇਹਨਾਂ ਦਾ ਰੂਪ ਉਹੋ ਜਿਹਾ ਹੀ ਰਹਿੰਦਾ ਜਿਵੇਂ ਸ਼ੁਰੂ ਤੋਂ ਹੀ ਸੀ। ਜਿਵੇਂ ਆਪਣੇ ਕੋਲ ਨੇ, ਨੂੰ, ਪਰ, ਫਿਰ, ਹਾਂ,
ਆਦਿ। ਇਹ ਸ਼ਬਦ ਨੇ ਜੋ ਦੋਸਤ ਅਵਿਕਾਰੀ ਸ਼ਬਦ ਨੇ, ਇਹਨਾਂ ਦੇ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਕੋਈ ਵੀ ਤਬਦੀਲੀ ਨਹੀਂ ਆਉਂਦੀ। ਅੱਗੇ ਦੋਸਤੋ ਵਿਆਕਰਨਿਕ ਵਰਗ ਤੋਂ ਸ਼ਬਦ ਵੰਡ ਛੇਵੀਂ ਕਿਸਮ ਹੈ। ਕਹਿੰਦਾ ਹਰ ਸ਼ਬਦ ਦਾ ਸੰਬੰਧ ਕਿਸੇ ਨਾ ਕਿਸੇ ਵਿਆਕਰਨਿਕ ਵਰਗ ਨਾਲ ਜੁੜਿਆ ਹੁੰਦਾ ਹੈ। ਇਸ ਆਧਾਰ 'ਤੇ ਸ਼ਬਦ ਅੱਠ ਹੁੰਦੇ ਹਨ ਜਾਂ ਸ਼ਬਦਾਂ ਦੀਆਂ ਦੋਸਤੋ ਅੱਠ ਕਿਸਮਾਂ ਨੇ। ਪਹਿਲੀ ਹੈਗੀ ਹੈ ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਬਿਸਮਿਕ। ਦੋਸਤੋ ਇਹ ਸਾਰੀਆਂ ਕਿਸਮਾਂ ਦੇ ਬਾਰੇ ਮੈਂ ਵਿਸਥਾਰ ਦੇ ਵਿੱਚ ਪਹਿਲਾਂ ਹੀ ਭਾਗ ਅਪਲੋਡ ਕਰ ਚੁੱਕਿਆਂ। ਇਹਨਾਂ ਨੂੰ ਦੇਖਣ ਦੇ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਇਹਨਾਂ ਦਾ ਲਿੰਕ ਦੋਸਤੋ ਮੈਂ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਦੇ ਰਿਹਾ।